ਕੰਡੀਸ਼ਨਸ ਤਾਂ ਬਹੁਤ ਨੇ, ਬਿਕੋਜ਼ ਘਰ 'ਚ ਕਮਾਉਣ ਵਾਲਾ ਕੋਈ ਨਹੀਂ, ਮੰਮਾ ਮੇਰੇ ਬਿਮਾਰ ਰਹਿੰਦੇ ਸੀ, ਅਤੇ ਇਹ 4 ਦਿਨ ਮੈਂ ਰੇੜੀ ਲਾਈ ਆ। ਜਦੋਂ ਦੀ ਵੀਡੀਓ ਵਾਇਰਲ ਹੋਈ ਆ ਵਧੀਆ ਚੱਲ ਰਹੀ ਆ, ਬਾਬਾ ਜੀ ਤਾਂ ਚੱਲ ਮੇਰੀ ਰੋਜ਼ੀ ਰੋਟੀ ਚਲਾ ਕੇ ਰੱਖੇ। ਲੋਕ ਕਹਿੰਦੇ ਨੇ ਕਿ ਕੁੜੀ ਆਹ ਨਹੀਂ ਕਰ ਸਕਦੀ, ਕੁੜੀ ਉਹ ਨਹੀਂ ਕਰ ਸਕਦੀ, ਪਰ ਕੁੜੀਆਂ ਸਭ ਕੁਝ ਕਰ ਸਕਦੀਆਂ ਨੇ। ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ। ਅਕਸਰ ਇਹ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਸਾਡੇ ਪੰਜਾਬ ਦੇ ਹਾਲਾਤ, ਜ਼ਿਆਦਾਤਰ ਤਾਂ ਇਹੀ ਸਟੋਰੀਆਂ ਲਾਉਂਦੇ ਹਾਂ ਜਿਹੜੇ ਗਰੀਬੀ ਦੀ ਦਲਦਲ ਦੇ ਵਿੱਚ ਫਸੇ ਹੁੰਦੇ ਆ ਜਾਂ ਕੋਈ ਬਿਮਾਰੀ ਦਾ ਸ਼ਿਕਾਰ ਹੁੰਦਾ ਵਾ, ਉਹਨਾਂ ਦੀਆਂ ਸਟੋਰੀਆਂ ਹੀ ਕਾਫੀ ਆਪਣੇ ਸਮਰ ਨਿਊਜ਼ ਦੇ ਜ਼ਰੀਏ ਤੁਹਾਨੂੰ ਵਿਖਾ ਚੁੱਕੇ ਹਾਂ। ਅੱਜ ਅਸੀਂ ਇੱਕ ਅਜਿਹੀ ਹੋਣਹਾਰ ਬੇਟੀ ਦੀ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਆਪਣਾ ਔਰ ਆਪਣੀ ਮਾਤਾ ਦਾ ਔਰ ਆਪਣੇ ਛੋਟੇ ਭਰਾ ਦਾ ਪੇਟ ਪਾਲ ਰਹੀ ਆ ਔਰ ਮਿਹਨਤ ਕਰਕੇ। ਬੜੀ ਵੱਡੀ ਗੱਲ ਆ ਕਿ ਬੱਚੀਆਂ ਨੂੰ ਜ਼ਿਆਦਾਤਰ ਤਾਂ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਔਰ ਇਹ ਬੱਚੀ ਜਿਹੜੀ ਹੈ ਬੜੀ ਇਹਦੀ ਬੜੀ ਹਿੰਮਤ ਆ ਕਿ ਸਕੂਲ ਵੀ ਪੜ੍ਹਦੀ ਆ ਔਰ ਇੱਥੇ ਸੜਕ ਦੇ ਰਈਆ ਹੈਗਾ ਜੀ, ਬਿਆਸ ਦੇ ਲਾਗੇ ਰਈਆ ਕਸਬਾ ਹੈਗਾ, ਉੱਥੇ ਇੱਕ ਪੁੱਲ ਦੇ ਥੱਲੇ ਚਾਹ ਦੀ ਰੇੜੀ ਲਾ ਕੇ ਆਪਣਾ ਪਰਿਵਾਰ ਜਿਹੜਾ ਪਾਲ ਰਹੀ ਆ। ਬੇਟੀ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਘਰ ਦੇ ਹਾਲਾਤ ਔਰ ਕਿਹੜੇ ਹਾਲਾਤਾਂ ਦੇ ਵਿੱਚ ਤੁਹਾਨੂੰ ਇਹ ਚਾਹ ਦੀ ਰੇੜੀ ਲਾਉਣੀ ਪਈ। ਹਾਂਜੀ ਬੇਟਾ ਜੀ, ਕੀ ਨਾਮ ਤੁਹਾਡਾ? ਸਰ ਕੋਮਲਪ੍ਰੀਤ ਕੌਰ। ਬੇਟਾ ਜੀ, ਤੁਹਾਨੂੰ ਇਹ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਦੇ ਕਿ ਤੁਹਾਨੂੰ ਇਹ ਚਾਹ ਦੀ ਰੇੜੀ ਕਿਉਂ ਲਾਉਣੀ ਪਈ, ਕੀ ਕਿਹੜੇ ਹਾਲਾਤ ਬਣੇ ਤੁਹਾਡੇ ਜਿਹਦੇ ਤੁਹਾਨੂੰ ਇਹ ਇੱਕ ਸੜਕ 'ਤੇ ਆ ਕੇ ਇਹ ਕੰਮ ਕਰਨਾ ਪਿਆ? ਸਰ ਮੰਮਾ ਮੇਰੇ ਬਿਮਾਰ ਰਹਿੰਦੇ ਸੀ ਅਤੇ ਇਹ 4 ਦਿਨ ਮੈਂ ਰੇੜੀ ਲਾਈ ਆ। ਇਹ ਸਿਆਲ 'ਚ ਤਾਂ ਵਧੀਆ ਚੱਲੀ ਪਰ ਹੁਣ ਵੀ ਚੱਲਦੀ ਸੀ। ਜਦੋਂ ਦੀ ਵੀਡੀਓ ਵਾਇਰਲ ਹੋਈ ਆ ਵਧੀਆ ਚੱਲ ਰਹੀ ਆ, ਬਾਬਾ ਜੀ ਤਾਂ ਚੱਲ ਮੇਰੀ ਰੋਜ਼ੀ ਰੋਟੀ ਚਲਾ ਕੇ ਰੱਖੇ। ਨਹੀਂ, ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਆ ਤੁਹਾਡੇ ਤੋਂ ਇਲਾਵਾ? ਮੈਂ, ਮੇਰੀ ਮੰਮਾ ਅਤੇ ਮੇਰਾ ਨਿੱਕਾ ਬ੍ਰਦਰ ਆ, 15 ਸਾਲ ਤਾਂ ਮੈਂ 17 ਸਾਲ ਦੇ। ਅੱਛਾ ਜੀ, ਔਰ ਤੁਹਾਡੇ ਪਿਤਾ ਜੀ ਦੀ ਗੱਲ ਕਰੀਏ, ਤੁਹਾਡੇ ਪਿਤਾ ਜੀ ਤੁਹਾਡੇ ਨਾਲ ਕਿਸ ਕਾਰਨ ਕਰਕੇ ਤੁਹਾਡੇ ਨਾਲ ਨਹੀਂ ਹੈਗੇ? ਕਿ ਥੋੜ੍ਹਾ ਮਿਸਬਿਹੇਵ ਕਰਦੇ ਸੀ ਅਤੇ ਫਿਰ ਛੋਟੇ ਹੁੰਦੇ ਨੂੰ ਛੱਡ ਕੇ ਚੱਲ ਗਏ ਸੀ। ਅਤੇ ਜਿਹੜਾ ਤੁਹਾਡਾ ਘਰ ਆ, ਆਪਣਾ ਘਰ ਆ ਜਾਂ ਕਿਸ ਤਰ੍ਹਾਂ ਰਹਿੰਦੇ ਜੇ ਤੁਸੀਂ? ਭਾਈ ਰੈਂਟ 'ਤੇ ਰਹੀਦਾ ਸਟਾਰਟਿੰਗ ਤੋਂ। ਕਿੰਨੇ ਚਿਰ ਤੋਂ ਤੁਸੀਂ ਇਹ ਰੇੜੀ ਲਾਉਂਦੇ ਆ ਰਹੇ ਚਾਹ ਦੀ? 1.5 ਸਾਲ ਹੋ ਚੱਲੇ ਆ। 1.5 ਸਾਲ ਹੋ ਗਿਆ, ਔਰ ਤੁਸੀਂ ਨਾਲ ਪੜ੍ਹਾਈ ਵੀ ਕਰਦੇ ਜੇ ਜਾਂ ਕਿਸ ਤਰ੍ਹਾਂ? ਹਾਂਜੀ ਪੜ੍ਹਾਈ ਕਰਦੀ ਹਾਂ, +2 'ਚ ਹਾਂ। ਸਕੂਲ ਤੁਸੀਂ ਫਿਰ ਸਕੂਲ ਤੋਂ ਆ ਕੇ ਕੰਮ ਕਰਦੇ ਜੇ? ਨਹੀਂ ਨਹੀਂ, ਮੈਂ ਸਕੂਲ ਓਪਨ 'ਚ ਰੱਖਿਆ, ਜਸਟ ਐਗਜ਼ਾਮ ਦੇਣ ਵਾਸਤੇ ਜਾਂਦੀ ਹਾਂ। ਮਤਲਬ ਆਪਾਂ ਜਿਹਨੂੰ ਕਹਿੰਦੇ ਪ੍ਰਾਈਵੇਟ ਪੇਪਰ ਦਿੰਦੇ ਜੇ? ਪ੍ਰਾਈਵੇਟ ਪੇਪਰ। ਔਰ ਕਿਸ ਤਰ੍ਹਾਂ ਮਤਲਬ ਤੁਹਾਡਾ ਇਹਦੇ ਨਾਲ ਗੁਜ਼ਾਰਾ ਹੋ ਜਾਂਦਾ ਵਾ? ਅੱਗੇ ਤਾਂ 250-250 ਰੁਪਏ ਦਿਹਾੜੀ ਪਾਈਦੀ ਸੀ, ਹੁਣ 600-700 ਰੁਪਏ ਪਾ ਲਈ ਦੀ ਆ। ਔਰ ਕੀ ਤੁਹਾਡਾ ਅੱਗੇ ਕੀ ਮਤਲਬ ਹੈਗਾ ਵਾ ਮਨ ਵਿੱਚ ਵੀ ਤੁਸੀਂ +2 ਕਰਨ ਲਿਆ ਜੇ ਔਰ ਪੜ੍ਹਾਈ ਕਰਕੇ ਤੁਹਾਡਾ ਕੀ ਇਹੋ ਹੀ ਕੰਮ ਕਰਨਾ ਜਾਂ ਕੀ ਸੁਪਨਾ ਤੁਹਾਡਾ? ਸੁਪਨਾ ਤਾਂ ਇਹ ਹੈ ਕਿ ਇਹ ਰੇੜੀ ਹੈ ਨਾ, ਹਾਂਜੀ, ਇਹਨੂੰ ਰੇੜੀ ਨਹੀਂ ਲੈਣ ਦੇਣਾ ਆਪਣਾ, ਜਾਂ ਕੋਈ ਡਿਗਰੀ ਕਰਕੇ ਕਿਚਨ ਦੀ। ਮੈਨੂੰ ਕਿਸੇ ਨੇ ਸਲਾਹ ਦਿੱਤੀ ਸੀ ਹੋਟਲ ਮੈਨੇਜਮੈਂਟ ਕਰ ਲਓ, ਬਟ ਮੈਨੂੰ ਜੇ ਆਈਡੀਆ ਨਹੀਂ ਕਿ ਕਿਹੜੀ ਸਟੱਡੀ ਮੇਰੇ ਲਈ ਬੈਨੀਫਿਟ ਹੋਊਗੀ। ਆਪਾਂ ਚੀਜ਼ ਨੂੰ ਲੈ ਕੇ ਜਿਹੜੀ ਸਟੱਡੀ ਸਾਡੇ ਲਈ ਵਧੀਆ ਹੋਊਗੀ ਉਹ ਸਟੱਡੀ ਕਰਕੇ ਫਿਰ ਇਸ ਚੀਜ਼ ਨੂੰ ਬ੍ਰਾਂਡ 'ਚ ਚੇਂਜ ਕਰਾਂਗੇ। ਠੀਕ ਹੈ, ਹਾਂਜੀ। ਮਤਲਬ ਤੁਸੀਂ ਮਤਲਬ ਕੰਮ ਇਹੋ ਹੀ ਕਰਨਾ ਚਾਹੁੰਦੇ? ਹਾਂਜੀ, ਇਹਨੂੰ ਬ੍ਰਾਂਡ। ਕਦੀ ਇਹ ਨਹੀਂ ਸੋਚਿਆ ਵੀ ਇਹ ਪੜ੍ਹ ਲਿਖ ਕੇ ਕੋਈ ਉੱਚੇ ਚੰਗੀ ਨੌਕਰੀ ਦੇ? ਜਿਹੜੀ ਨੌਕਰੀ ਇਹਨੂੰ ਮੈਂ ਕਰ ਸਕਦੀ, ਮੇਰੇ ਬੱਚੇ ਨਹੀਂ ਕਰਨਗੇ, ਮੇਰੀ ਆਉਣ ਵਾਲੀ ਪੀੜ੍ਹੀ ਨਹੀਂ ਕਰੂਗੀ। ਸੋ ਮੈਂ ਕੋਈ ਰਿਕੁਐਸਟ ਕਰਦੀ ਹਾਂ, ਲਾਸਟ ਰਿਕੁਐਸਟ ਮੇਰੀ ਆ, ਮੈਂ ਇਹਨੂੰ ਬ੍ਰਾਂਡ ਬਣਾਉਣਾ ਵਾ ਕਿ ਮੇਰੀ ਆਉਣ ਵਾਲੀ ਪੀੜ੍ਹੀਆਂ ਸੁਧਰ ਜਾਣ। ਜ਼ਿਆਦਾਤਰ ਆਪਾਂ ਕੀ ਦੇਖਦੇ ਹਾਂ ਕਿ ਲੋਕ ਬੇਟੀਆਂ ਨੂੰ ਜ਼ਿਆਦਾ ਤਾਂ ਘਰੋਂ ਨਹੀਂ ਬਾਹਰ ਨਿਕਲ ਦਿੰਦੇ ਜਾਂ ਕੋਈ ਇਹੋ ਜਿਹੀ ਪਾਬੰਦੀਆਂ ਲਾ ਕੇ ਰੱਖਦੇ ਆ, ਔਰ ਤੁਸੀਂ ਬੜਾ ਇੱਕ ਵੱਡੀ ਗੱਲ ਆ ਵੀ ਤੁਸੀਂ ਇੱਕ ਸੜਕ ਦੇ ਕੰਢੇ 'ਤੇ ਬਹਿ ਕੇ
ਇਹ ਕੰਮ ਕਰ ਰਹੇ ਤੁਹਾਨੂੰ ਕੋਈ ਕਿਸ ਤਰ੍ਹਾਂ ਦੀ ਝਿਜਕ ਝਿਜਕ ਵਗੈਰਾ ਨਹੀਂ ਮਹਿਸੂਸ ਹੁੰਦੀ? ਬਿਲਕੁਲ ਸਮ ਟਾਈਮ ਵੇਟ ਇਨ ਬ੍ਰਾਂਡ ਬਣਾਵਾਂਗੇ, ਮੈਂ ਲੋਕਾਂ ਲਈ ਮਿਸਾਲ ਹਾਂ, ਲੋਕਾਂ ਲਈ ਮੈਂ ਆਪਣੇ ਆਪ ਨੂੰ ਵੀਕ ਕਰ ਲੂੰਗੀ, ਮੈਂ ਮਿਸਾਲ ਕਿੱਦਾਂ ਰਹੂੰਗੀ? ਮੈਂ ਆਪਣੇ ਆਪ ਲਈ ਇੱਕ ਮਿਸਾਲ ਹਾਂ ਕਿ ਵੇਖੋ ਲੋਕ ਦੁਕਾਨਾਂ ਲਾ ਕੇ ਬੈਠੇ ਨੇ, ਕੀ ਕਮਾ ਰਹੇ ਨੇ? ਕੁਛ ਨਹੀਂ ਕਮਾ ਰਹੇ, ਉਹਨਾਂ ਦੇ ਵਿਚਾਰੇ ਨੇ ਕਿਰਾਇਆ ਕੱਢਣਾ ਵੀ ਬਹੁਤ ਔਖਾ ਵਾ। ਮੈਂ ਰੋਡ 'ਤੇ ਬਹਿ ਕੇ ਚਾਹ ਵੇਚ ਰਹੀ ਹਾਂ, ਪਰਾਂਠੇ ਵੇਚ ਰਹੀ ਹਾਂ, ਮੇਰੇ ਲਈ ਦਿਹਾੜੀ ਬਣ ਰਹੀ ਆ, ਜਾਂ ਤਾਂ ਇੰਨੀ ਥੋੜ੍ਹੀ ਬਣ ਰਹੀ ਹੈ, ਮੈਂ ਸੁੱਖ ਦੀ ਰੋਟੀ ਖਾ ਰਹੀ ਹਾਂ। ਅਤੇ ਮੈਂ ਆਪਣਾ ਇਹਨੂੰ ਬ੍ਰਾਂਡ ਬਣਾਉਣਾ ਵਾ, ਬ੍ਰਾਂਡ ਵੀ ਬਹੁਤ ਤਗੜਾ ਬਣਾਊਂਗੀ ਕਿ ਦੁਨੀਆ ਵਿੱਚ ਇੱਕ ਵਾਰੀ ਮਤਲਬ ਬੋਲਬਾਲਾ ਕਰ ਦੇਣਾ ਕਿ ਚਾਹ ਵਾਲੀ ਕੁੜੀ ਹੈਗੀ ਆ। ਤੁਹਾਨੂੰ ਬੇਟੀ ਹੋਣ ਦੇ ਨਾਤੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ? ਬੇਟੀ ਵੀ ਬਹੁਤ ਕੁਝ ਕਰ ਸਕਦੀ ਹੈ ਜੇ ਕਹੀਏ। ਬਸ ਇੱਕ ਲੋਕਾਂ ਨੇ ਕਹਿੰਦੇ ਨੇ ਕਿ ਕੁੜੀ ਆਹ ਨਹੀਂ ਕਰ ਸਕਦੀ, ਕੁੜੀ ਉਹ ਨਹੀਂ ਕਰ ਸਕਦੀ, ਪਰ ਕੁੜੀਆਂ ਸਭ ਕੁਝ ਕਰ ਸਕਦੀਆਂ ਨੇ। ਕੁੜੀਆਂ ਗਲਤ ਰਸਤੇ ਜਿਹੜੇ ਅੱਜ ਕੱਲ੍ਹ ਜਾ ਰਹੀਆਂ ਨੇ, ਇੱਕ ਰਿਕੁਐਸਟ ਹੈ ਭੈਣੋ, ਇਹ ਚੀਜ਼ਾਂ ਤੋਂ ਦੂਰ ਰਹੋ, ਆਪੋ ਆਪਣੇ ਕੰਮ ਕਰੋ, ਪੜ੍ਹਾਈ ਲਿਖਾਈ ਕਰੋ, ਜੇ ਸੁਖੀ ਘਰਾਂ ਦੀਆਂ ਹੋ, ਜੇ ਮਾੜੇ ਘਰਾਂ ਦੀਆਂ ਹੋ ਤਾਂ ਮਿਹਨਤ ਕਰੋ। ਔਰ ਤੁਹਾਡੇ ਨਾਲ ਇੱਥੇ ਹੋਰ ਕੌਣ ਹੁੰਦਾ ਵਾ? ਮੇਰੇ ਮੰਮਾ। ਹਾਂਜੀ, ਤੁਹਾਡੇ ਜਿਹੜੇ ਛੋਟੇ ਬ੍ਰਦਰ ਆ ਉਹ ਵੀ ਤੁਹਾਡੀ ਹੈਲਪ? ਸਕੂਲ ਤੋਂ ਬਾਅਦ ਆਉਂਦਾ ਹੈਲਪ ਕਰਨ ਵਾਸਤੇ। ਠੀਕ ਹੈ ਜੀ। ਦੇਖੋ ਜੀ, ਬੇਟੀ ਦੀ ਕਿੰਨੀ ਹਿੰਮਤ ਆ ਕਿ ਅੱਜ ਕੱਲ੍ਹ ਜਿੱਦਾਂ ਬੇਟੀਆਂ ਨੂੰ ਲੋਕ ਜ਼ਿਆਦਾਤਰ ਨਹੀਂ ਬਾਹਰ ਕੱਢਦੇ, ਪਰ ਇਹਨਾਂ ਇਸ ਬੇਟੀ ਦੀ ਇੰਨੀ ਹਿੰਮਤ ਆ ਕਿ ਇੱਕ ਸੜਕ ਦੇ ਉੱਤੇ ਆਪਣਾ ਵਧੀਆ ਕਾਰੋਬਾਰ ਚਲਾ ਰਹੀ ਆ ਔਰ ਆਪਣਾ ਪਰਿਵਾਰ ਦਾ ਪੇਟ ਪਾਲਦੀ ਆ। ਔਰ ਇਹਨਾਂ ਨੇ ਇਹਦਾ ਬੇਟੀ ਦਾ ਵੱਡਾ ਸੁਪਨਾ, ਉਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਪੜ੍ਹ ਕੇ ਜਾਂ ਕੋਈ ਨੌਕਰੀ ਕਰਨੀ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਹੀ ਬਿਜ਼ਨਸ ਕਰਨਾ ਚਾਹੁੰਦੇ ਹਾਂ, ਕੋਈ ਹੋਟਲ ਮੈਨੇਜਮੈਂਟ ਦਾ ਹੋ ਜਾਵੇ ਜਾਂ ਕਿਸ ਤਰ੍ਹਾਂ ਦਾ ਵੀ ਆਪਣੇ ਹੱਥੀਂ ਮਿਹਨਤ ਕਰਨਾ ਚਾਹੁੰਦੇ ਔਰ ਕਿਸੇ ਚੰਗੇ ਮੁਕਾਮ 'ਤੇ ਪਹੁੰਚਣਾ ਚਾਹੁੰਦੇ ਆ। ਔਰ ਉਹਨਾਂ ਦੇ ਮਾਤਾ ਜੀ ਵੀ ਸਾਡੇ ਕੋਲ ਮੌਜੂਦ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਬੇਟੀ ਤੁਹਾਡੀ ਬੜੀ ਹਿੰਮਤੀ ਬੇਟੀ ਆ, ਬੜੀ ਖੁਸ਼ੀ ਹੋਈ ਸਾਨੂੰ ਕਿ ਇੱਕ ਬੇਟੀ ਦੇ ਵਿੱਚ ਇੰਨੀ ਵੱਡੀ ਹਿੰਮਤ ਆ। ਔਰ ਜਿਸ ਤਰ੍ਹਾਂ ਬੇਟੀਆਂ ਨੂੰ ਲੋਕ ਬਹੁਤ ਰੱਖਦੇ ਆ ਵੀ ਅਸੀਂ ਇਹਨਾਂ ਨੂੰ ਬਾਹਰ ਨਹੀਂ ਨਿਕਲ ਦੇਣਾ, ਔਰ ਇਹ ਸੜਕ ਦੇ ਉੱਤੇ ਇੱਕ ਵਧੀਆ ਆਪਣਾ ਬਿਜ਼ਨਸ ਚਲਾ ਰਹੀ ਆ, ਕਿੱਦਾਂ ਮਹਿਸੂਸ ਕਰਦੇ ਤੁਸੀਂ? ਬਹੁਤ ਮਾਣ ਮਹਿਸੂਸ ਹੁੰਦਾ ਇਹਨਾਂ ਦੇ, ਬਹੁਤ ਮਾਣ ਕਰੋ ਇਹਨਾਂ ਦੇ ਬੱਚੇ 'ਤੇ। ਅੱਜ ਕੱਲ੍ਹ ਬੱਚੇ ਦੀ ਸੁੱਤੀਆਂ ਨਹੀਂ ਉੱਠਦੇ ਇਹਨਾਂ ਦੀ ਉਮਰ ਦੀਆਂ ਵੀ ਆਪਾਂ ਕੰਮ ਨਹੀਂ ਕਰਨਾ, ਆਪਾਂ ਰੋਟੀ ਬਹਿ ਕੇ ਖਾਣੀ ਆ। ਸ਼ੌਂਕ ਸਾਰੇ ਮਾਰ ਕੇ ਇਹਨੇ ਆਪਣੀ ਮਿਹਨਤ ਨੂੰ ਗੱਲ ਲਾਇਆ, ਗਰੀਬੀ ਨੂੰ ਗੱਲ ਲਾਇਆ, ਕਿਉਂਕਿ ਆਪਣੇ ਘਰ ਦੇ ਵਿੱਚ ਗਰੀਬੀ ਬਹੁਤ ਸੀ। ਠੀਕ ਨਹੀਂ, ਇਸ ਕਰਕੇ ਗਰੀਬੀ ਨੂੰ ਵੇਖ ਕੇ ਕੁੜੀ ਨੇ ਕਿਹਾ ਮੰਮੀ ਚੱਲ ਚਾਰ ਪੈਸੇ ਆਪਣੇ ਹੋਰ ਆ ਜਾਇਆ ਕਰਨ। ਕੀ ਮਜਬੂਰੀ ਇਹੋ ਜਿਹੀ ਬਣ ਗਈ ਕਿ ਤੁਹਾਨੂੰ ਬੇਟੀ ਨੂੰ ਨਾਲ ਲੈਣਾ ਲੈ ਕੇ ਕੰਮ ਖੋਲ੍ਹਣਾ ਪਿਆ? ਮੈਂ ਨਾ ਬਿਮਾਰ ਹੋ ਗਈ ਸੀ, ਇਸ ਕਰਕੇ ਮਤਲਬ ਇਹਦੇ ਪਾਪਾ ਜੀ ਰਿਪੋਰਟ ਦੇ ਮਾਰ ਦਿੰਦੇ ਸੀ ਮੇਰੇ ਕੋਲ, ਮਤਲਬ ਅਜੇ ਦੇ ਦਿਨ ਤੱਕ ਮੇਰੇ ਕੋਲ ਮਤਲਬ ਡਿਸਕੀ ਲਿਓ ਉੱਠ ਕੇ ਬੈਠਾ ਨਹੀਂ ਵੀ ਬਹਿੰਦੀ ਹਾਂ, ਬੜੀ ਮੁਸ਼ਕਲ ਹਿੰਮਤ ਦੇ ਨਾਲ ਉੱਠਣਾ ਪੈਂਦਾ ਵੀ ਜੇ ਮੈਂ ਹੌਸਲਾ ਹਾਰਦੀ ਤਾਂ ਬੱਚੇ ਕਿੱਦਾਂ ਕਰਨਗੇ, ਕਿਉਂਕਿ ਮੈਂ ਜਿੰਨੀ ਮਰਜ਼ੀ ਬਿਮਾਰ ਹਾਂ ਫਿਰ ਵੀ ਨਹੀਂ ਹੌਸਲਾ ਆਪਣਾ ਸਰਦੀ ਮੈਂ, ਕਿਉਂਕਿ ਜੇ ਮੈਂ ਲੰਮੇ ਪੈ ਜਾਂਦੀ ਬੱਚੇ ਪਰੇਸ਼ਾਨ ਹੋ ਜਾਂਦੇ, ਕਿਉਂਕਿ ਮੈਨੂੰ ਬੱਚਿਆਂ ਨੇ ਕਰਕੇ ਉੱਠਣਾ ਪੈਂਦਾ। ਅਤੇ ਬੇਟੀ ਦੇ ਵਿੱਚ ਹਿੰਮਤ ਦੇਖੀਏ ਤਾਂ ਬਹੁਤ ਹਿੰਮਤ ਆ ਬੇਟੀ ਦੇ ਵਿੱਚ। ਆਪਾਂ ਕਹਿੰਦੇ ਨਾ ਬੇਟੇ, ਲੋਕ ਜ਼ਿਆਦਾ ਬੇਟੇ ਨੂੰ ਪਹਿਲ ਦਿੰਦੇ ਵੀ ਸਾਡਾ ਬੇਟਾ ਹੋਊਗਾ ਉਹ ਸਾਡਾ ਕਾਰੋਬਾਰ ਸੰਭਾਲੂਗਾ, ਔਰ ਤੁਹਾਡੀ ਬੇਟੀ ਨੇ ਬੇਟੇ ਨਾਲੋਂ ਵੀ ਵੱਧ ਕੇ ਕਾਰੋਬਾਰ ਸੰਭਾਲਿਆ, ਕਿਸ ਤਰ੍ਹਾਂ ਤੁਹਾਨੂੰ ਮਤਲਬ ਕੀ ਪ੍ਰਾਊਡ ਫੀਲ ਹੋ ਰਿਹਾ? ਬਹੁਤ ਜ਼ਿਆਦਾ ਮੈਨੂੰ ਹੋ ਰਿਹਾ, ਬੇਟੀ ਦੇ ਵੀ ਹੋ ਰਿਹਾ, ਬੇਟੇ ਦੇ ਵੀ ਹੋ ਰਿਹਾ ਵਾ, ਕਿਉਂਕਿ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਬੇਟੇ ਬੱਚੇ ਮੇਰੇ ਦੋਨੇ ਹੀ, ਮਾੜੇ ਟਾਈਮ 'ਤੇ ਵੀ ਖਲੋਤੇ ਆ, ਕਿਉਂਕਿ ਮੈਂ ਇਹਨਾਂ ਦਾ ਧਿਆਨ ਦੇ ਨਹੀਂ ਸਕਦੀ ਬੱਚਿਆਂ ਦਾ ਕਦੇ ਵੀ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜਿਹੜੇ ਲੋਕ ਬੇਟਿਆਂ ਨੂੰ ਅੱਗੇ ਕਰਦੇ ਔਰ ਬੇਟੀਆਂ ਨੂੰ ਸਮਝਦੇ ਵੀ ਸਾਡੀ ਬੇਟੀ ਸਾਡੇ 'ਤੇ ਬੋਝ ਆ ਜਾਂ ਕਿਸ ਤਰ੍ਹਾਂ, ਤੁਸੀਂ ਲੋਕਾਂ ਨੂੰ ਕੀ ਮੈਸੇਜ ਦਿਓਗੇ? ਮੈਂ ਤਾਂ ਦੋਨੋਂ ਇੱਕੋ ਜਿਹੇ ਰੱਖੇ, ਮੈਂ ਤਾਂ ਕੋਈ ਵੀ ਧੀ ਵੀ ਪੁੱਤਾਂ ਵਾਂਗੂ ਰੱਖੋ, ਧੀਆਂ ਇਹਨਾਂ ਕੋਲ ਪਰਾਇਆ ਵਾ, ਜਿੱਦਾਂ ਦਾ ਮਤਲਬ ਬੱਚਿਆਂ ਨੂੰ ਤੁਸੀਂ ਆਪਣਾ ਸਮਝਦੇ ਉੱਦਾਂ ਦੀ ਧੀ ਨੂੰ ਸਮਝੋ। ਮੈਂ ਇਹਨਾਂ ਦੇ ਦੋਨਾਂ 'ਚ ਇੱਕ ਵੇਰਵਾ ਨਾ ਕੀਤਾ, ਜਿੱਦਾਂ ਦੀ ਚੀਜ਼ ਆਪਣੇ ਪੋਤੋਂ ਲੈ ਕੇ ਦਿੰਦੀ ਉੱਦਾਂ ਦੀ ਚੀਜ਼ ਨੂੰ ਲੈ ਕੇ ਦਿੰਦੀ।
ਕਿਉਂਕਿ ਵਿੱਥ ਵੇਰਵਾ ਨਹੀਂ ਕਦੇ ਵੀ ਕਰਨਾ ਚਾਹੀਦਾ। ਦੁੱਖ ਵੇਲੇ ਧੀਆਂ ਹੀ ਕੰਮ ਆਉਂਦੀਆਂ ਵਾ, ਕਿਉਂਕਿ ਢਿੱਲ ਮੱਠ ਹੋਇਆ ਪੁੱਤ ਫਿਰ ਪੁੱਤ ਪੁੱਤ ਹੋ ਜਾਂਦੇ, ਪੁੱਤਾਂ ਨੇ ਕਹਿਣਾ ਵਾ ਵੀ ਇਹਨਾਂ ਦਾ ਤਾਂ ਪਖੰਡ ਆ, ਧੀ ਫਿਰ ਵੀ ਦੁੱਖ ਕਰਕੇ ਆਪਣੀ ਮਾਂ ਦਾ ਪਿਓ ਦਾ ਦੁੱਖ ਸੁਣਦੇ। ਧੰਨਵਾਦ ਜੀ, ਇਹ ਸਨ ਬੇਟੀ ਦੇ ਮਾਤਾ ਜੀ। ਬੜਾ ਸੋਹਣਾ ਇਹਨਾਂ ਨੇ ਦੱਸਿਆ ਕਿ ਜਿੱਥੇ ਧੀਆਂ ਕੰਮ ਆਉਂਦੀਆਂ ਸ਼ਾਇਦ ਉੱਥੇ ਪੁੱਤ ਨਹੀਂ ਕੰਮ ਆਉਂਦੇ। ਧੀਆਂ ਨੂੰ ਧੀਆਂ ਮਰਦੇ ਦਮ ਤੱਕ ਮਾਤਾ ਪਿਤਾ ਦੀ ਸੇਵਾ ਕਰਦੀਆਂ, ਹਰ ਵੇਲੇ ਮਨ ਵਿੱਚ ਰੱਖਦੀਆਂ ਕਿ ਅਸੀਂ ਸਾਡੇ ਮਾਤਾ ਪਿਤਾ ਕਿਸ ਤਰ੍ਹਾਂ ਉਹਨਾਂ ਦਾ ਕਿਸ ਤਰ੍ਹਾਂ ਦੇ ਹਾਲਾਤ ਆ, ਉਹ ਹਰ ਗੱਲ ਦਾ ਫਿਕਰ ਰੱਖਦੀਆਂ। ਪਰ ਇਹ ਬੇਟਿਆਂ ਦੀ ਗੱਲ ਕਰੀਏ, ਬੇਟੇ ਲਾਪਰਵਾਹ ਹੁੰਦੇ ਆ। ਮੈਂ ਸਾਰੇ ਬੇਟਿਆਂ ਨੂੰ ਨਹੀਂ ਕਹਿ ਰਿਹਾ, ਬਹੁਤ ਸਾਰੇ ਬੇਟੇ ਹੈਗੇ ਜਿਹੜੇ ਆਪਣੇ ਮਾਤਾ ਪਿਤਾ ਦੀ ਘੱਟ ਕੇਅਰ ਕਰਦੇ ਆ, ਪਰ ਬੇਟੀਆਂ ਭਾਵੇਂ ਕੋਈ ਵੀ 100 ਚੋਂ ਇੱਕ ਹੋਊ ਬੇਟੀ ਜਿਹੜੀ ਕਿ ਆਪਣੇ ਮਾਂ ਪਿਓ ਨੂੰ ਇਗਨੋਰ ਕਰੂਗੀ, ਨਹੀਂ ਤਾਂ ਸਾਰੀਆਂ ਬੇਟੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਆਪਣੇ ਮਾਤਾ ਪਿਤਾ ਦੀ ਕੇਅਰ ਕਰਦੀਆਂ। ਔਰ ਸਲਾਮ ਹੈ ਇਸ ਬੇਟੀ ਨੂੰ, ਬੜੀ ਵੱਡੀ ਹਿੰਮਤ ਹੈ ਇਹਦੀ ਕਿ ਇੱਕ ਬੇਟੀ ਹੋ ਕੇ ਵੀ ਸੜਕ ਦੇ ਉੱਤੇ ਚਾਹ ਦੀ ਦੁਕਾਨ ਚਲਾ ਰਹੀ ਆ ਔਰ ਬਹੁਤ ਸੋਹਣਾ ਕਾਰੋਬਾਰ ਚਲਾ ਰਹੀ ਆ, ਔਰ ਪਰਿਵਾਰ ਮਾਤਾ ਵੀ ਖੁਸ਼ ਆ ਆਪਣੀ ਬੇਟੀ ਤੋਂ। ਕਿ ਉਹਨਾਂ ਨੇ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਕਿ ਬੇਟੀਆਂ ਨੂੰ ਤੁਸੀਂ ਕਮਜ਼ੋਰ ਨਾ ਸਮਝੋ, ਬੇਟੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਗੀਆਂ, ਬੇਟਿਆਂ ਨਾਲੋਂ ਵੱਧ ਕੇ ਆ। ਸਾਰੇ ਆਪਣੇ ਬੇਟੀਆਂ ਨਾਲੋਂ ਬੇਟਿਆਂ ਨਾਲੋਂ ਵੱਧ ਪਿਆਰ ਕਰੋ, ਇਹ ਸਦਾ ਮਾਂ ਪਿਓ ਦੀ ਸੁੱਖ ਮੰਗਦੀਆਂ। ਮੈਂ ਜਨੇਲਾ ਗੁਰੂ ਤੋਂ ਜਸਪਾਲ ਸ਼ਰਮਾ ਦਾ ਸੰਬੰਧ।